se me hacíate. Go ahead, go.
है अपने की खबर ना जाती मुसलहार पंच बटवार सब मर्द मरते सब मद माते सुने नगर परे ठग हारे उल्टे रखे बाप नवाई सब मद माते गर्भ सियानप ना ओ रहे सब मद मते गर्भ सियानप ना ओ रहते जिम्मेवारी अपने आप सौंप देते ने शब्द चोन ते विषय चोन बड़ी वक्ती कर रहे हैं पिछले बार भी शब्द शुरू होया सी अपन दो हफ्ते विच इस बार इसनु संपूर्ण करना है ते मैं तो कीती सी केड़ी अजीब गल है बाबा कबीर एक गरीब घर का बच्चा है इत्थे बस ने सुधारन कीती है रोजी कमाण दा भी सीमित साधन है जे ताणी ना तुने तने दो दिन मां भी परेशान हो जाती तो कहती है बच्चे कितों खाएंगे गल तो पानी में ही है सारी ये कम छड़ बैठा है इन्ना संकोचवा साधन है जिंदगी का इत्थे बस ने समाज के इंतजाम के साधन ने वो ये दो ही सीमित ने कोई कॉलेज नहीं कोई हुण वांगू कोई यूनिवर्सिटियां नहीं कोई विद्यालय नहीं कोई टीचर नहीं जिथों विद्या प्राप्त की जा सके ते जे कोई विद्या का साधन थोड़ा वाला है भी तो उन्दे ते ब्राह्मण काबज है ब्राह्मण किसी नीवी जात नूं विद्या दे नेड़े नहीं जान देना चाहता इहो जिहे साधना विच इहो जिहे हालातां विच बाबा कबीर दा इन्ना फिलासफर होना ते हर गल दी शब्दावली दी चोण जिहड़ी श्री गुरु ग्रंथ साहिब दे शब्दां विच बाबा कबीर जी दी है ਇਹਨੂੰ ਕਦੀ ਗੋਹ ਨਾਲ ਦੇਖੀਏ ਤੇ ਪਤਾ ਲੱਗਦਾ ਹੈਰਾਨ ਹੋ ਜਾਈਦਾ ਬਾਬਾ ਕਬੀਰ ਨੂੰ ਇਹ ਸਾਰੀ ਸੋਚ ਕਿਵੇਂ ਇਹ ਸ਼ਬਦਾਵਲੀ ਕਿੱਥੋਂ ਚੁੜਦੇ ਨੇ ਅੱਜ ਵਾਲਾ ਸ਼ਬਦ ਹੈ ਇੱਥੇ ਇੱਕ ਲਫ਼ਜ਼ ਕੇਂਦਰੀ ਕੀਤਾ ਨੇ ਇੱਕ ਪਾਸੇ ਮਦ ਦੂਜੇ ਪਾਸੇ ਜਾਗਰਤੀ ਸੌਣਾ ਤੇ ਜਾਗਣਾ ਇਹ ਦੋ ਲਫ਼ਜ਼ ਆਪਸੀ ਜੋੜਾ ਹੈ
ਸੌਣਾ ਤੇ ਜਾਗਣਾ ਉਹ ਮਨੁੱਖੀ ਜੀਵਨ ਦੀ ਰੋਜ਼ਾਨਾ ਦੀ ਕਿਰਿਆ ਹੈ। ਮਨੁੱਖ ਸੌਂਦਾ ਵੀ ਹੈ, ਜਾਗਦਾ ਵੀ ਹੈ, ਹਰ ਰੋਜ਼ ਸੌਂਦਾ, ਹਰ ਰੋਜ਼ ਜਾਗਦਾ ਹੈ। ਉਹਦੇ ਲਈ ਕਾਦਰ ਨੇ ਵੀ ਜਿਹੜੇ ਦਿਨ ਕਰਕੇ ਕੀਤੀ ਰਾਤ ਤਰਤੀਬ ਚੱਲ ਰਹੀ। ਪਰ ਇੱਥੇ ਸੌਣਾ ਤੇ ਜਾਗਣ ਦਾ ਮਸਲਾ ਨਹੀਂ ਆਇਆ। ਮੁਕਾਬਲਤਨ ਜਿਹੜੀ ਦੂਜੀ ਗੱਲ ਬਾਬਾ ਕਬੀਰ ਨੇ ਕੀਤੀ ਹੈ ਉਹ ਸੋਚਣ ਵਾਲੀ ਹੈ। ਇਹ ਸ਼ਬਦ ਚੋਣ ਕਿਵੇਂ ਕੀਤੀ? ਰਹਾਓ ਤੋਂ ਪਹਿਲੇ ਦੀਆਂ ਚਾਰ ਤੁਕਾਂ ਨੇ ਉਹਦੇ ਵਿੱਚ ਜਾਗਣ ਦੀ ਗੱਲ ਨਹੀਂ ਤੇ ਸੌਣ ਦੀ ਵੀ ਨਹੀਂ। ਉੱਥੇ ਹੈ ਬੇਹੋਸ਼ੀ ਦੀ, ਨਸ਼ਈ ਦੀ, ਮਦ ਦੀ ਗੱਲ। ਹੁਣ ਸੌਣਾ ਹੋਰ ਚੀਜ਼ ਹੈ, ਮਦ ਹੋਸ਼ ਹੋਣਾ, ਨਸ਼ੇ ਵਿੱਚ ਮਦ ਕਹਿੰਦੇ ਨੇ ਨਸ਼ੇ ਨੂੰ, ਮਦ ਵਿੱਚ ਹੋਸ਼ ਗੁਆ ਬਹਿਣਾ ਉਹ ਹੋਰ ਚੀਜ਼ ਹੈ, ਉਹਨੂੰ ਸੌਣਾ ਨਹੀਂ ਆਉਂਦਾ। ਹੁਣ ਪਹਿਲੀਆਂ ਚਾਰ ਲਾਈਨਾਂ ਵਿੱਚ ਮਦ ਦੀ ਗੱਲ ਕੀਤੀ ਤੇ ਮਦ ਵਿੱਚੋਂ ਮਨੁੱਖ ਸੌਂਦਾ ਨਹੀਂ, ਮਦ ਵਿੱਚੋਂ ਮਨੁੱਖ ਮਾਤਿਆ ਜਾਂਦਾ। ਮਾਤੇ ਦਾ ਵਰਤ ਹੁੰਦਾ ਬੇਹੋਸ਼ ਹੋਣਾ, ਮਸਤ ਹੋ ਜਾਣਾ, ਇੰਨਾ ਮਸਤ ਹੋ ਜਾਣਾ ਕਿ ਪਛਾਣ ਹੀ ਕੋਈ ਨਾ ਰਹੇ। ਗੁਰੂ ਨੇ ਵੀ ਬਾਣੀ ਵਿੱਚ ਇਸੇ ਵੀ ਜਦੋਂ ਮਦ ਦਾ ਨਾਂ ਲਿਆ ਹੈ ਨਾ ਉੱਥੇ ਨਾਲ ਇਹ ਆਖਿਆ ਵੀ ਪਛਾਣ ਨਹੀਂ ਰਹਿੰਦੀ ਕਹਿਣ ਲੱਗੇ। ਜਿਤ ਪੀਤੇ ਮਤ ਦੂਰ ਹੋਏ, ਇੱਥੇ ਸੌਣ ਦੀ ਗੱਲ ਨਹੀਂ, ਉਹ ਮਦ, ਉਹ ਨਸ਼ਾ, ਉਹ ਜਿਸ ਦੇ ਪੀਣ ਨਾਲ ਮਤ ਚਲੀ ਜਾਏ, ਮਤ ਚਲੀ ਜਾਏ ਤੇ ਜਦੋਂ ਮਤ ਚਲੀ ਜਾਏ ਉਹਦੀ ਨਿਸ਼ਾਨੀ ਕੀ ਹੈ? ਪਛਾਣ ਖਤਮ ਹੋ ਜਾਂਦੀ ਹੈ। ਗੁਰੂ ਨੇ ਬਾਣੀ ਵਿੱਚ ਮਤ ਚਲੇ ਜਾਣ ਤੋਂ, ਮਦਹੋਸ਼ੀ ਤੋਂ, ਨਸ਼ੇ ਤੋਂ ਦੀ ਹਾਲਤ ਨੂੰ ਬਿਆਨ ਕੀਤਾ। ਕਹਿੰਦੇ ਨੇ ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਗਿਆਨ ਖਤਮ ਹੋ ਗਿਆ, ਗਿਆਨ ਨੇ ਪਛਾਣ ਲਿਆਉਣੀ ਸੀ, ਸੁੱਤਾ ਨਹੀਂ ਜਾਗ ਰਿਹਾ ਪਰ ਮਤ ਚਲੀ ਗਈ, ਮਤ ਵਿੱਚ ਸੋਝੀ ਪੈਦਾ ਹੋਣੀ ਸੀ, ਮਤ ਵਿੱਚ ਹੀ ਗੁਰੂ ਦੀ ਸਿੱਖਿਆ ਟਿਕਣੀ ਸੀ। ਆਪਾਂ ਪੜ੍ਹ ਰਹੇ ਹਾਂ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ ਉਹਨੂੰ ਗ੍ਰਹਿਣ ਕਰਨਾ ਮਤ ਨੇ ਤੇ ਮਤ ਦੂਰ ਹੋ ਗਈ, ਮਤ ਚਲੀ ਗਈ, ਜਿੱਤ ਕੀਤੇ ਮਤ ਦੂਰ ਹੋਏ। ਜਦੋਂ ਮਤ ਚਲੀ ਗਈ ਤੇ ਆਪਣਾ ਪਰਾਇਆ ਨਾ ਪਛਾਣ, ਪਛਾਣ ਖਤਮ ਹੋਈ, ਸੁੱਤਾ ਨਹੀਂ। ਤੇ ਇੱਥੇ ਹੁਣ ਪਹਿਲੀਆਂ ਚਾਰ ਲਾਈਨਾਂ ਜਿੰਨੀਆਂ ਨੇ ਉੱਥੇ ਸੌਣ ਦਾ ਜ਼ਿਕਰ ਨਹੀਂ ਆਇਆ, ਜਾਂ ਤੇ ਜਾਗਣ ਦੇ ਮੁਕਾਬਲਤਨ ਸੌਣ ਦਾ ਜ਼ਿਕਰ ਆਉਂਦਾ, ਇੱਥੇ ਬੇਹੋਸ਼ੀ ਦਾ ਜ਼ਿਕਰ ਹੈ। ਵਿਦਵਾਨ ਲੋਕ ਉਹ ਮਾਤੇ ਮਸਤ ਹੋ, ਬੇਹੋਸ਼ੇ ਹੰਕਾਰ ਵਿੱਚ, ਇਸ ਹੰਕਾਰ ਵਿੱਚ ਕਿ ਅਸੀਂ ਪੜ੍ਹੇ ਲਿਖੇ ਹਾਂ, ਦੂਜਾ ਸਾਡੇ ਸਾਹਮਣੇ ਗੱਲ ਨਾ ਕਰੇ। ਜੋਗੀ ਇਸ ਗੱਲ ਵਿੱਚ ਮਸਤ ਨੇ ਕਿ ਸਾਡੇ ਵਰਗੀ ਸਮਾਧੀ, ਲੰਬੀਆਂ ਸਮਾਧੀਆਂ ਕੋਈ ਨਹੀਂ ਲਾ ਸਕਦਾ, ਅਸੀਂ
ਅਸੀਂ ਯੋਗ ਸਾਧਨਾ ਕਰਕੇ ਰੱਬ ਨੂੰ ਰਜਾ ਲੈਂਦੇ ਹਾਂ। ਮੈਂ ਸੰਖੇਪ ਵਿੱਚ ਅੱਗੇ ਜਾਣਾ ਚਾਹੁੰਦਾ ਕਿਉਂਕਿ ਪਹਿਲੀਆਂ ਚਾਰ ਲਾਈਨਾਂ ਅੱਗੇ ਵਿਚਾਰ ਚੁੱਕੀਆਂ ਵੀ ਸੰਨਿਆਸੀ ਇਸ ਗੱਲ ਦੇ ਹੰਕਾਰ ਵਿੱਚ ਹੈ ਕਿ ਦੁਨੀਆਂ ਸੰਸਾਰ ਵਿੱਚ ਖਚਤ ਹੈ, ਮੈਂ ਸੰਸਾਰ ਛੱਡ ਦਿੱਤਾ, ਜੰਗਲ ਵਿੱਚ ਚਲਾ ਗਿਆ, ਸੰਨਿਆਸ ਧਾਰਨ ਕਰ ਲਿਆ। ਅੱਜ ਦੇ ਸਮੇਂ ਅੰਦਰ ਇਸਨੂੰ ਬੇਹੰਗਮ ਆਖਣ ਲੱਗ ਪਏ ਨੇ ਸਾਡੇ ਏਰੀਆ ਵਿੱਚ। ਇਹ ਜੀ ਬੇਹੰਗਮ ਸੰਪਰਦਾ ਅਤੇ ਉਹਦੀ ਨਿਸ਼ਾਨੀ ਕੀ, ਉਹਨੇ ਕਾਰੋਬਾਰ ਛੱਡ ਦਿੱਤਾ, ਮੰਨ ਕੇ ਲੋਹ ਦਿੰਦੇ ਨੇ ਤਾਂ ਖਾਂਦਾ, ਲੋਕ ਪਹਿਨਾਉਂਦੇ ਨੇ ਤਾਂ ਪਹਿਨਦਾ, ਅਤੇ ਲੋਕ ਵੀ ਉੱਥੇ ਲੰਗਰ ਵੀ ਪਹੁੰਚਾ ਰਹੇ ਨੇ, ਚੰਗਾ ਤੋਂ ਚੰਗਾ ਕੱਪੜਾ ਵੀ ਪਹੁੰਚਾ ਰਹੇ ਨੇ, ਮਾਇਆ ਦੌਲਤ ਉਹਨਾਂ ਦੇ ਵੱਡੇ ਵੱਡੇ ਡੇਰੇ ਵੀ। ਕਿਉਂ ਜੀ? ਇਹਨਾਂ ਮਹਾਂਪੁਰਸ਼ਾਂ ਨੇ ਵਿਆਹ ਨਹੀਂ ਕਰਾਇਆ, ਇਹ ਬੇਹੰਗਮ ਨੇ। ਅਤੇ ਬੇਹੰਗਮ ਦਾ ਹੀ ਨਾਂ ਕਦੀ ਸੰਨਿਆਸੀ ਸੀ। ਉਹ ਕਹਿੰਦੇ ਨੇ ਉਹ ਇਸ ਹੰਕਾਰ ਵਿੱਚ ਹੈ ਕਿ ਮੈਂ ਘਰ ਬਾਰ ਦੁਨੀਆਦਾਰੀ ਛੱਡੀਏ। ਜਿਵੇਂ ਅੱਜ ਵੀ ਬੇਹੰਗਮ ਸੰਪਰਦਾਵਾਂ ਵਾਲੇ ਜਿਹੜੇ ਨੇ ਉਹ ਕਹਿੰਦੇ ਨੇ ਸਾਡੇ ਵਰਗਾ ਮਹਾਨ ਕੋਈ, ਕਿਉਂਕਿ ਅਸੀਂ ਤਾਂ ਘਰ ਬਾਰ ਦੁਨੀਆ ਛੱਡੀਏ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਛੱਡ ਦਿੱਤੀ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਸੰਨਿਆਸੀ ਨਾਤੇ ਅਹੰਮੇਵ। ਅਹੰਮੇਵ ਦਾ ਅਰਥ ਹੈ ਅਭਿਮਾਨ। ਸੰਨਿਆਸੀ ਇਸ ਹੰਕਾਰ ਵਿੱਚ ਮਸਤ ਹੈ ਕਿ ਮੇਰੇ ਵਰਗਾ ਤਿਆਗੀ ਕੋਈ ਨਹੀਂ। ਗੁਰੂ ਨੇ ਆਖਿਆ ਸੀ ਤਿਆਗਣਾ, ਤਿਆਗਣ ਨਹੀਂ ਕਾ, ਕਾਮ ਕ੍ਰੋਧ ਲੋਭ ਤਿਆਗਣਾ, ਉਹ ਤਾਂ ਤਿਆਗਿਆ ਨਹੀਂ, ਉਹ ਤਾਂ ਦੇਸ਼ ਛੋੜ ਪਰਦੇਸੇ ਤਾਂ ਆਇਆ, ਪੰਚ ਚੰਡਾਲ ਨਾਲੇ ਲਿਆਇਆ, ਗ੍ਰਹਿ ਤਜ ਬਣ ਖੰਡ ਜਾਈਏ ਚੁਣ ਖਾਈਏ, ਕੰਦਾ ਅੱਜ ਹੋ ਬੇਕਾਰ ਨਾ ਛੋੜੇ, ਉਹ ਤਾਂ ਛੱਡਿਆ ਨਹੀਂ, ਪਰਿਵਾਰ ਤਿਆਗ ਦਿੱਤਾ, ਕਾਰੋਬਾਰ ਤਿਆਗ ਦਿੱਤਾ, ਤਿਆਗਣ ਵਾਲੀ ਚੀਜ਼ ਸੀ ਉਹ ਤਿਆਗੀ ਨਹੀਂ, ਉਹ ਹੈ ਅਹੰਮੇਵ। ਸੰਨਿਆਸੀ ਮਾਤੇ ਅਹੰਮੇਵ, ਤਪਸਵੀ ਜਿਹੜੇ ਨੇ ਤਪ ਕਰਨ ਵਾਲੇ, ਉਹ ਸਰਦੀਆਂ ਵਿੱਚ ਜਲ ਧਾਰੇ ਕਰਦੇ ਨੇ, ਗਰਮੀਆਂ ਦਿਨਾਂ ਵਿੱਚ ਧੂਣੀਆਂ ਤਾਪਦੇ ਨੇ, ਉਹ ਕਹਿੰਦੇ ਨੇ ਸਾਡੇ ਵਰਗਾ ਧਰਮੀ ਕਰਮੀ ਕੋਈ ਇੰਨੀ ਸਖਤੀ ਅਤੇ ਇੰਨੀ ਕਠੋਰਤਾ ਨਾਲ ਅਸੀਂ ਪ੍ਰਭੂ ਭਗਤੀ ਕਰਨੀ ਹੈ ਕੋਈ ਕਰ ਨਹੀਂ ਸਕਦਾ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਆਖਿਆ ਕਿਆ ਜਪ, ਕਿਆ ਤਪ, ਕਿਆ ਵਰਤ ਪੂਜਾ, ਜਾਂ ਕੇ ਹਿਰਦੇ ਭਾਵ ਹੈ ਗੁਰਮਤ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰਮਤ ਵਿੱਚ ਤਪ ਲਈ ਕੋਈ ਸਾਧ ਨਹੀਂ, ਤਪ ਲਈ ਕੋਈ ਸਾਧ ਨਹੀਂ। ਪਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵੀ ਤਪ ਜੋੜ ਲਿਆ, ਤੈ ਹਮਾਦਕ ਤਪੱਸਿਆ ਸਾਧੀ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਮੈਂ ਹੇਮਕੁੰਟ ਤੇ ਜਾ ਕੇ ਬੜਾ ਲੰਬਾ ਕਈ ਵਰੇ ਤਪ ਕੀਤਾ, ਤਪ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਵਾਨ ਨਹੀਂ ਕਰਦੇ। ਇੱਥੇ ਕਹਿ ਰਹੇ ਨੇ ਤਪਸੀ ਮਾਤੇ ਤਪ ਕੇ ਭੇਵ, ਸਾਰੇ ਮਸਤ ਦੇ ਆਪਣੇ ਆਪਣੇ ਹੰਕਾਰ ਵਿੱਚ ਕਿ ਸਾਡੇ ਬਾਰੇ ਇਹ। ਹਾਲਾਂਕਿ ਜਿੰਨੇ ਇਸ ਲਿਸਟ ਵਿੱਚ ਜਿੰਨੇ ਦਿੱਤੇ ਨੇ ਉਹ ਧਰਮੀ ਲਫ਼ਜ਼ ਦਿੱਤੇ ਨੇ, ਇਹ ਸਾਰੇ ਧਰਮ ਕਰਨ ਵਾਲੇ ਨੇ, ਧਰਮ ਦੇ ਅੰਦਰ ਵੀ ਅਹੰਮੇਵ, ਧਰਮ ਦੇ ਅੰਦਰ ਵੀ ਇੱਕ ਨਸ਼ਾ ਪ੍ਰਵੇਸ਼ ਕਰ ਗਿਆ। ਉੱਥੇ ਵੀ ਧਰਮ ਦੇ ਅੰਦਰ ਵੀ ਆਪਣੇ ਵਿਗਾੜਨੇ ਦੀ ਕੋਈ ਪਛਾਣ ਨਹੀਂ ਰਹੀ, ਜੋ ਕਿ ਨਸ਼ਾ ਹੀ ਹੋ ਗਿਆ। ਅਸੀਂ ਜੋ ਆਪਣੇ ਜੀਵਨ ਵਿੱਚ ਦੇਖ ਰਹੇ ਹਾਂ, ਅੱਜ ਵੀ ਗੁਜ਼ਰ ਰਿਹਾ, ਉਹ ਧਰਮ ਦੇ ਖੇਤਰ ਵਿੱਚ ਵੀ ਆਪਣੇ ਵਿਗਾੜਨੇ ਦੀ ਕੋਈ ਪਛਾਣ ਨਹੀਂ ਰਹੀ, ਅੱਜ ਵੀ ਕੋਈ ਨਹੀਂ। ਕਿਉਂ ਨਹੀਂ ਜੀ? ਕਿਉਂਕਿ ਇਹ ਵੀ ਇੱਕ ਹੰਕਾਰ ਹੈ, ਇੱਕ ਨਸ਼ਾ ਹੈ। ਗੁਰੂ ਕਹਿਣ ਲੱਗੇ ਸਭ ਮਦ ਮਾਤੇ, ਸਾਰੇ ਨਸ਼ੇ ਵਿੱਚ ਨੇ। ਹੁਣ ਇੱਥੇ ਲਫ਼ਜ਼ ਜਾਗ ਕਿਵੇਂ ਜੋੜਿਆ ਨੇ? ਕਹਿੰਦੇ ਨੇ ਕਿਉਂਕਿ ਨਸ਼ੇ ਵਿੱਚ ਜਦੋਂ ਸੌ ਜਾਏ ਨਾ ਮਨੁੱਖ, ਉਹਨੂੰ ਜਗਾਉਣਾ ਹੋਰ ਔਖਾ ਹੁੰਦਾ। ਗੁਰੂ ਨੇ ਬਾਣੀ ਵਿੱਚ ਹੀ ਆਤਮਾ ਨੂੰ ਪਰਮਾਤਮਾ ਨਾਲ ਸੰਬੰਧ ਜੋੜਨ ਦੀ ਗੱਲ
ਕੀਤੀ ਨਾ ਤੇ ਉਦੋਂ ਇੱਕ ਗੱਲ ਆਖ ਦਿੱਤੀ ਕਹਿਣ ਲੱਗੀ ਸੋ ਜਾ ਕੇ ਕੌਣ ਨਿਸ ਭਰ ਸੋਵਾ ਸੋ ਜਾ ਕੇ ਕੌਣ ਨਿਸ ਭਰ ਸੋਵਾ ਮਾਰ ਜਾਗਦਾ ਉਹ ਮੈਨੂੰ ਜਗਾਉਣਾ ਚਾਹੁੰਦਾ ਰੱਬ ਤਾਂ ਆਪ ਜਾਗਦਾ ਤੇ ਆਤਮਾ ਨੂੰ ਜਾਗਰਾ ਵੇਖਣਾ ਚਾਹੁੰਦਾ ਪਰ ਗੁਰੂ ਨੇ ਬਾਣੀ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਕਹਿਣ ਲੱਗੇ ਮੈਂ ਦੇਖਦਾ ਕੀ ਆ ਧਨ ਸੂਤੀ ਧਨ ਸੂਤੀ ਆਤਮਾ ਸੁੱਤੀ ਪਈ ਫਿਰ ਸਦ ਜਾਗਰਤਾ ਰੱਬ ਕਦੀ ਸੁਣਦਾ ਨਹੀਂ ਸਦਾ ਜਾਗਦਾ ਹੁਣ ਉਹ ਧਨ ਨੂੰ ਆਤਮਾ ਨੂੰ ਜਗਾਉਣਾ ਚਾਹੁੰਦਾ ਪਰ ਹੋ ਕੀ ਰਿਹਾ ਧਨ ਸੂਤੀ ਫਿਰ ਸਦ ਜਾਗਨਤਾ ਪੀਓ ਮਦਰੋ ਉਹ ਹੰਕਾਰ ਵਿੱਚ ਮਸਤ ਹੈ ਉਹਨੇ ਹੰਕਾਰ ਦਾ ਹੀ ਨਸ਼ਾ ਲਿਆ ਹੋਇਆ ਪੀਓ ਮਦਰੋ ਮਤਵੰਤਾ ਤਨ ਜਾਗੇ ਜੇ ਪੀਰ ਬੋਲੰਦਾ ਉਹ ਸ਼ਰਾਬ ਦੇ ਨਸ਼ੇ ਵਿੱਚ ਹੁਣ ਮਾਲਕ ਪ੍ਰਭੂ ਆਵਾਜ਼ਾਂ ਦਿੰਦਾ ਆਤਮਾ ਨੂੰ ਜਗਾਉਣ ਦੀਆਂ ਤੇ ਆਤਮਾ ਜਾਗਦੀ ਨਹੀਂ ਹੁਣ ਇੱਥੇ ਮਸਲਾ ਮੇਰੇ ਜਾਗਣ ਤੇ ਸੌਣ ਦਾ ਨਹੀਂ ਨਸ਼ੇ ਦੇ ਪ੍ਰਭਾਵ ਦਾ ਸੰਸਾਰ ਅੰਦਰ ਜਿਹੜਾ ਨਸ਼ਾ ਆਪਣੇ ਪਰਾਏ ਦੀ ਪਛਾਣ ਖਤਮ ਕਰ ਦੇਵੇ ਗੁਰੂ ਨੇ ਕਿਉਂ ਆਖਿਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਪੀਓ ਮਦਰੋ ਧਨ ਮਤਵੰਤਾ ਧਨ ਜਾਗੇ ਜੇ ਫਿਰ ਬੋਲੰਤਾ ਸੁਖਣ ਲੱਗੇ ਇਹ ਹਾਲਤ ਹੈ ਕਿ ਸਭ ਮਦ ਮਾਤੇ ਕੋਲ ਨਾ ਜਾ ਮੈਨੂੰ ਕੋਈ ਜਾਗਦਾ ਨਹੀਂ ਜੀਵੇ ਜਿਉਂਦੀਆਂ ਆਤਮਾ ਬਹੁਤ ਘੱਟ ਮਿਲਣਗੀਆਂ ਕਹਿਣ ਲੱਗੇ ਪਰ ਦੁੱਖ ਦੀ ਗੱਲ ਇਹ ਹੈ ਸੰਗ ਹੀ ਚੋਰ ਕੰਮ ਬਦਲੋ ਮੋਹਕਾਰ ਈਰਖਾ ਦ੍ਰੈਕਤਾ ਜੋ ਅਸੀਂ ਹਾਲਾਤ ਅੱਜ ਦੇ ਦੇਖ ਰਹੇ ਹਾਂ ਇਹ ਐਵੇਂ ਨਹੀਂ ਪੈਦਾ ਹੋ ਗਈ ਕਿਉਂਕਿ ਆਤਮਾ ਬੇਹੋਸ਼ ਹੈ ਆਤਮਾ ਨਸ਼ੇ ਵਿੱਚ ਹੈ ਕਹਿਣ ਲੱਗੀ ਸੰਗ ਹੀ ਚੋਰ ਘਰ ਮੂਸਣ ਲਾਗ ਮੂਸਣ ਦਾ ਮਤਲਬ ਹੁੰਦਾ ਬਰਬਾਦ ਕਰ ਦੇਣਾ ਜਿੱਥੇ ਘਰ ਵਿੱਚ ਕੁਝ ਨਾ ਛੱਡਣਾ ਸਭ ਕੁਝ ਖੋ ਲੈਣਾ ਇੱਥੋਂ ਤੱਕ ਰਹਾਉ ਦੇ ਚੁੱਕਾ ਪਿਛਲੇ ਹਫ਼ਤੇ ਹੁਣ ਇਹਦੇ ਮੁਕਾਬਲਤਨ ਦੂਜੇ ਪਾਸੇ ਲਫ਼ਜ਼ ਉੱਥੇ ਮਾਤੇ ਲਫ਼ਜ਼ ਨਹੀਂ ਜਾਂ ਅਣਮਾਤੇ ਲਫ਼ਜ਼ ਨਹੀਂ ਵਰਤਿਆ ਉੱਥੇ ਸਿੱਧਾ ਜਾਗੇ ਵਰਤਿਆ ਹੈ ਸਿੱਧਾ ਜਾਗੇ ਵਰਤਿਆ ਪਰ ਉੱਥੇ ਵੀ ਜਾਗੇ ਲਫ਼ਜ਼ ਵਰਤ ਕੇ ਫਿਰ ਇਹ ਵੀ ਨਾਲ ਸਪਸ਼ਟ ਕਰ ਦਿੰਦਾ ਹੈਰਾਨ ਹਾਂ ਬਾਬਾ ਕਬੀਰ ਜੀ ਦੇ ਵਿਚਾਰ ਤੋਂ ਜਾਗੇ ਲਫ਼ਜ਼ ਵਰਤ ਕੇ ਫਿਰ ਕਹਿਣ ਲੱਗੇ ਕਿਤੇ ਆਹ ਕੰਮ ਕਰਨ ਵਾਲੇ ਇਹਨਾਂ ਨੂੰ ਜਾਗਦਾ ਸਨ ਨਾ ਸਮਝ ਲੈ ਅੱਗੇ ਜਾ ਕੇ ਇੱਕ ਸਵਾਲ ਖੜਾ ਕਰ ਦਿੱਤਾ ਉਹ ਸਵਾਲ ਕੀ ਸੀ ਕਿ ਜਾਗਤ ਸੋਵਤ ਬਹੁ ਪ੍ਰਕਾਰ ਹੈ ਇੱਕ ਪਾਸੇ ਤੁਸੀਂ ਮਾਤਿਆਂ ਦੀ ਲਿਸਟ ਦੇ ਰਹੇ ਹੋ ਇੱਕ ਪਾਸੇ ਜਾਗਦਿਆਂ ਦੀ ਲਿਸਟ ਦੇ ਰਹੇ ਹੋ ਤੇ ਫਿਰ ਜਾਗਦਿਆਂ ਦੀ ਲਿਸਟ ਦੇ ਕੇ ਵੀ ਤੁਸੀਂ ਇੱਕ ਫਿਰ ਸਵਾਲ ਖੜਾ ਕਰ ਰਹੇ ਹੋ ਵੀ ਇਹਨਾਂ ਨੂੰ ਜਾਗਦੇ ਨਾ ਸਮਝਿਓ ਕਈ ਤਰ੍ਹਾਂ ਦਾ ਜਾਗਣ ਹੈ ਹੁਣ ਇੱਥੇ ਲਫ਼ਜ਼ ਕੀ ਨੇ ਜਾਗੇ ਸੁੱਖ ਦਿਓ ਅਰ ਅਬਰੂਰ ਚੇਤਨਾ ਜਾਗੀ ਹੈ
ਚੇਤਨਾ ਹੋਰ ਚੇਤਨਾ ਦੇ ਅੰਦਰ ਗਿਆਨ ਨੇ ਪ੍ਰਵੇਸ਼, ਜਿਹਦੇ ਕੋਲ ਚੇਤਨਾ ਨਹੀਂ ਉੱਥੇ ਗਿਆਨ ਵੀ ਨਹੀਂ ਆਉਂਦਾ। ਨਿਰੰਕਾਰ ਜਿਹੜਾ ਉਹ ਕੇਵਲ ਚੇਤਨਾ ਦਿੰਦਾ, ਗਿਆਨ ਗੁਰੂ ਦਿੰਦਾ, ਗਿਆਨ ਗੁਰੂ ਦੀ ਬਖਸ਼ਿਸ਼ ਨਾਲ ਹੁੰਦਾ। ਚੇਤਨਾ ਅਕਾਲ ਪੁਰਖ ਦੀ, ਸਤਿਗੁਰੂ ਨੇ ਕਿਉਂ ਆਖਿਆ ਜਿਵੇਂ ਕੀਤਾ ਬੇਸੁਰਤ ਤੇ ਸੁਰਤਾ ਚੇਤਨਾ ਵਾਲਾ। ਕਹਿਣ ਲੱਗੇ ਉਸ ਮਾਲਕ ਨੇ ਚੇਤਨਾ ਦਿੱਤੀ ਤੇ ਉਸ ਚੇਤਨਾ ਨਾਲ ਸੁਖ ਦਿਓ ਭਗਤੀ ਵਿੱਚ ਲੱਗ ਗਿਆ, ਬਣ ਗਿਆ। ਔਰ ਜੰਮਦੇ ਹੀ ਸੁਖ ਲਈ ਉਦਾਸੀ, ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤਾ ਕਿ 12 ਵਰਸ ਬੜੀ ਲੰਬੀ ਚੌੜੀ ਇਤਿਹਾਸਕ ਕਹਾਣੀ, ਜਿਹਨੇ ਸ਼ਿਵਜੀ ਕੋਲੋਂ ਅਮਰ ਕਥਾ ਸੁਣ ਲਈ ਸੀ। ਸੁੱਖ ਦਾ ਮਤਲਬ ਹੈ ਤੋਤਾ, ਸੁੱਖ ਦਾ ਅਰਥ ਹੈ ਤੋਤਾ। ਜਿਸ ਤੋਤੇ ਨੇ ਕਥਾ ਸੁਣ ਲਈ ਸੀ ਤੇ ਜਦੋਂ ਪਤਾ ਲੱਗਾ ਸ਼ਿਵਜੀ ਨੂੰ, ਉਹਨੇ ਤਰਸੂਲ ਲੈ ਲਈ, ਉਹਨੂੰ ਮਾਰਨ ਲਈ ਦੌੜ ਪਿਆ ਤੋਤਾ। ਅੱਗੇ ਕਈ ਵਾਰੀ ਆਪਾਂ ਸਾਂਝੇ ਕੀਤੇ ਜਾ ਰਹੇ ਹਾਂ। ਉੱਥੇ ਰਿਸ਼ੀ ਦੇ ਘਰ ਵਾਲੀ ਰਿਤੂ ਕਿਰਿਆ ਵਿੱਚ ਸੀ, ਉੱਥੇ ਪ੍ਰਵੇਸ਼ ਕਰ ਗਿਆ। 12 ਸਾਲ ਉੱਥੇ ਸ਼ਿਵਜੀ ਵੀ ਬੈਠਾ ਰਿਹਾ ਵੀ ਹੁਣ ਬਾਹਰ ਨਿਕਲੇ ਤੇ ਮੈਂ ਇਹਨੂੰ ਮਾਰਾਂ, ਤੇ ਡਰਦਾ ਤੋਤਾ ਵੀ। 12 ਸਾਲ ਬਾਅਦ ਉਸਨੇ ਜਨਮ ਲਿਆ, ਜਿਸ ਵੇਲੇ ਅੱਕ ਕੇ ਉੱਥੋਂ ਚਲਾ ਗਿਆ ਸ਼ੰਕਰ ਸ਼ਿਵਜੀ। ਤੇ ਮਤਲਬ ਹੈ ਤਾਂ ਇੱਕ ਮਿਥਾਸਕ ਕਹਾਣੀ, ਇੱਕ ਐਗਜ਼ਾਮਪਲ ਬਣ। ਉਹ ਹੁਣ ਕਿਉਂਕਿ 12 ਸਾਲ ਦਾ ਹੋ ਗਿਆ ਸੀ, ਇਸ ਵਾਸਤੇ ਜਨਮ ਲੈਂਦੇ ਹੀ ਭਗਤੀ ਕਰਨ ਵਾਸਤੇ ਤੁਰ ਪਿਆ। ਜਨਮਦੇ ਹੀ ਸੁੱਖ ਲਈ ਉਦਾਸੀ। ਕਹਿਣ ਲੱਗੇ ਉਹਨੂੰ ਕਿਸੇ ਨੇ ਜਗਾਇਆ, ਭਗਤੀ ਵਾਲੇ ਪਾਸੇ ਲਾਇਆ? ਬਿਲਕੁਲ ਨਹੀਂ, ਜਨਮਦੇ ਨਾਲ ਹੀ ਤੁਰ ਪਿਆ। ਕਹਿਣ ਲੱਗੇ ਉਹਨੂੰ ਚੇਤਨਤਾ ਮਿਲ ਗਈ, ਉਹ ਹੈ ਜਾਗਣਾ ਜਿਹੜਾ ਚੇਤਨਤਾ ਮਿਲ ਗਈ। ਕਹਿਣ ਲੱਗੇ ਜਾਗੇ ਸੁੱਖ ਦੇ ਅਕਰੂਰ, ਅਕਰੂਰ ਕ੍ਰਿਸ਼ਨ ਦਾ ਮਾਮਾ, ਜਿਹਨੂੰ ਇੰਨੀ ਕੁ ਜਾਗਰਤੀ ਆਈ ਵੀ ਕੰਸ ਜਿਹੜਾ ਮੇਰਾ ਭਰਾ ਹੈ ਉਹ ਗੁਨਾਹਗਾਰ ਹੈ। ਜਿੰਨੀ ਦੇਰ ਇਹ ਖਤਮ ਨਹੀਂ ਹੁੰਦਾ, ਜ਼ੁਲਮ ਨਹੀਂ ਖਤਮ ਹੋਣਾ, ਉਹਨੇ ਸਾਥ ਦਿੱਤਾ ਕ੍ਰਿਸ਼ਨ ਦਾ, ਉਹਨੂੰ ਲਿਆਂਦਾ ਤੇ ਕ੍ਰਿਸ਼ਨ ਨੇ ਕੰਸ ਨੂੰ ਖਤਮ ਕੀਤਾ, ਉਗਰ ਸੈਨ ਨੂੰ ਰਾਜ ਦਿੱਤਾ। ਮੈਂ ਇਸ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਕਹਿਣ ਲੱਗੇ ਉਹਨੂੰ ਵੀ ਚੇਤਨਾ ਆਈ, ਇੱਥੇ ਬਸ ਨੇ ਜਾਗੇ ਸੁੱਖ ਦਿਓ ਜਾਨਵਰ ਹੀ ਆਖਦਾ। ਪਰ ਉਹ ਵੀ ਚੇਤਨਤਾ ਵਿੱਚ ਆਇਆ ਕਿ ਕਿਵੇਂ ਰਾਮ ਚੰਦਰ ਪਰੇਸ਼ਾਨੀਆਂ ਵਿੱਚ ਹੈ, ਮੈਂ ਉਹਦਾ ਸਾਥ ਦੇਣਾ। ਜਾਗੇ ਹਨੂਮੰਤ ਧਰ ਲੰਕੂਰ, ਸ਼ੰਕਰ ਜਾਗੇ ਚਰਨ ਸੇ। ਸ਼ੰਕਰ ਤਪਸ਼ਵੀ, ਤਪ ਕਰਨ ਵਾਲਾ, ਯੋਗ ਸਾਧਨਾ ਵਾਲਾ, ਉਹ ਆਪਣੀ ਚੇਤਨਤਾ ਨਾਲ ਗੁਰੂ ਕੋਲ ਨਹੀਂ ਗਿਆ। ਪਰ ਕਿਹੜੀ ਅਜੀਬ ਗੱਲ ਹੈ, ਕਹਿਣ ਲੱਗੇ ਮੈਂ ਕਲਯੁੱਗ ਵਿੱਚ ਉਹਨਾਂ ਜਾਗਣ ਵਾਲਿਆਂ ਦਾ ਵੀ ਜ਼ਿਕਰ ਕਰਨਾ। ਕਲ ਜਾਗੇ, ਕਲ ਜਾਗੇ ਨਾਮਾ ਜੈ ਦੇਵ, ਜੈ ਦੇਵ ਤੇ ਨਾਮ ਦੇਵ, ਇਹ ਕਲਯੁੱਗ ਅੰਦਰ ਆਤਮਕ ਤੌਰ ਤੇ ਜਾਗਣ ਵਾਲੇ ਗਿਆਨ ਵਾਲੇ ਪੁਰਸ਼ ਹੋਏ। ਹੁਣ ਦੇਖੋ ਨਾ, ਉੱਥੇ ਗਿਆਨ ਦਾ ਲਫ਼ਜ਼ ਵੀ ਚੇਤਨਤਾ ਦਾ ਹੈ, ਇੱਥੇ ਕਿਉਂ? ਕਿਉਂਕਿ ਨਾਮਦੇਵ ਜੀ ਦੀ ਬਾਣੀ ਪੜ੍ਹ ਲਓ, ਜਿਵੇਂ ਬਾਕਾਇਦਾ ਉਹਨੇ ਸਾਬਤ ਕੀਤਾ ਹੈ ਕਿ ਮੇਰੇ ਜੀਵਨ ਵਿੱਚ ਕੋਈ ਇਨਕਲਾਬ, ਬਾਣੀ ਵਿੱਚੋਂ ਵੀ ਪਤਾ ਲੱਗ ਜਾਂਦਾ ਕੋਈ ਇਨਕਲਾਬ ਆਇਆ। ਮੈਂ ਮੇਰਾ ਜਾਗਿਆ ਨਹੀਂ, ਜਾਗ ਕੇ ਕੁਛ ਜਾਣਿਆ ਵੀ ਹੈ। ਜਾਗਣਾ ਹੋਰ ਚੀਜ਼ ਹੈ, ਜਾਗ ਕੇ ਕੁਝ ਜਾਣਨਾ ਹੋਰ ਚੀਜ਼ ਹੈ।
ਬਲਕਿ ਜੈਦੇਵ ਦੀ ਬਾਣੀ ਬੜੀ ਇੱਕੋ ਹੀ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੈਦੇਵ ਜੀ ਦਾ ਜਿਸਨੂੰ ਅਸੀਂ ਜੈ ਗੁਜਰੀ ਰਾਗ ਵਿੱਚ ਜੈਦੇਵ ਜੀ ਦਾ ਪਤਾ ਇੱਕੋ ਹੀ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਇੰਨਾ ਮਹਿੰਗਾ ਸ਼ਬਦ ਹੈ ਉਸਨੂੰ ਬਹੁਤ ਧਿਆਨ ਨਾਲ ਸਮਝਣਾ ਪੈਂਦਾ ਪਰਮਾਤ ਪੁਰਖ ਮਨੁੱਖ ਨੂੰ ਸਭ ਤਿਆਰ ਭਾਵ ਰਤਨ ਬੜਾ ਸ਼ਬਦ ਬੜਾ ਮਹਿੰਗੀ ਵਿੱਚ ਸ਼ਬਦਾਵਲੀ ਹੈ ਪਰਮ ਆਦ ਪੁਰਖ ਮਨੋਪਮੰਗ ਉਹ ਜਿਹੜਾ ਪਰਮ ਆਦ ਮਹਾਨ ਅਕਾਲ ਪੁਰਖ ਜਿਹੜਾ ਆਦ ਹੈ ਉਹਦੇ ਤੋਂ ਪਹਿਲਾਂ ਹੋਰ ਕੋਈ ਨਹੀਂ ਹੋਇਆ ਜਿਹੜਾ ਮਨ ਵਿੱਚ ਰਹਿੰਦਾ ਹਿਰਦੇ ਵਿੱਚ ਰਹਿੰਦਾ ਹਿਰਦੇ ਵਿੱਚ ਵਾਸ ਹੈ ਤੇ ਸੱਤ ਆਦ ਮਹਾਵਰਤ ਜਿੰਨੇ ਸੱਚਾਈ ਦੇ ਸਾਧਨ ਦੇ ਗੁਣ ਨੇ ਉਹ ਉਹਦਾ ਸਰੂਪ ਨੇ ਮੇਰੇ ਮਤਲਬ ਇੰਨੀ ਮਹਾਨ ਸ਼ਕਤੀ ਗਿਆਨਵਾਨ ਦੋ ਖੁਸ਼ ਕਾਲਯੁਗ ਵਿੱਚ ਹੋਏ ਕਹਿਣ ਲੱਗੇ ਜਾਗੇ ਉਹ ਵੀ ਉਹ ਚੇਤਨਤਾ ਨਾਲ ਜਾਗੇ ਇਹ ਗਿਆਨ ਨਾਲ ਜਾਗੇ ਗੱਲ ਹੈ ਫਿਰ ਇਹਨਾਂ ਦੋਵਾਂ ਦਾ ਜ਼ਿਕਰ ਵੀ ਕਿਵੇਂ ਕੀਤਾ ਹੈ ਬਾਬਾ ਕਬੀਰ ਬਨਾਰਸ ਦਾ ਰਹਿਣ ਵਾਲਾ ਹੈ ਇੱਕ ਦੂਜੇ ਦੀ ਪਹੁੰਚ ਕਿਵੇਂ ਨੇੜੇ ਕਿਵੇਂ ਹੋਏ ਨੇ ਸਿਰਫ ਗਿਆਨ ਕਰਕੇ ਗਿਆਨ ਵੀ ਇੱਕ ਰਿਸ਼ਤਾ ਹੈ ਬਾਬਾ ਕਬੀਰ ਬਨਾਰਸ ਦਾ ਰਹਿਣ ਵਾਲਾ ਹੈ ਨਾਮਦੇਵ ਬੰਬਾ ਰਾਸ਼ਟਰ ਦਾ ਰਹਿਣ ਵਾਲਾ ਹੈ ਸਤਾਰੇ ਦਾ ਰਹਿਣ ਵਾਲਾ ਹੈ ਤੇ ਜੈਦੇਵ ਬੰਗਾਲ ਦਾ ਰਹਿਣ ਵਾਲਾ ਹੈ ਬੰਗਾਲ ਕਿਹੜੇ ਪਾਸੇ ਮਹਾਰਾਸ਼ਟਰ ਸਤਾਰਾ ਕਿਹੜੇ ਪਾਸੇ ਤੇ ਬਨਾਰਸ ਮੱਧ ਪ੍ਰਦੇਸ਼ ਵਿੱਚ ਦਰਮਿਆਨ ਵਿੱਚ ਬਿਹਾਰ ਮੱਧ ਪ੍ਰਦੇਸ਼ ਦੀ ਸੀਮਾ ਤੇ ਕਹਿਣ ਲੱਗੇ ਤਿੰਨੋਂ ਵੱਖ ਵੱਖ ਥਾਵਾਂ ਦੇ ਪਰ ਗਿਆਨ ਦੀ ਇੱਕ ਸਾਂਝ ਹੈ ਇਸੇ ਲਈ ਜਦੋਂ ਜਾਗਣ ਦਾ ਜ਼ਿਕਰ ਕੀਤਾ ਨੇ ਉਦੋਂ ਕਹਿੰਦੇ ਨੇ ਉਹ ਆਪਣੀ ਚੇਤਨਤਾ ਨਾਲ ਜਾਗੇ ਨੇ ਇਹ ਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਜਾਗੇ ਨੇ ਫਿਰ ਮੈਂ ਇਸੇ ਲਈ ਅਗਲੀ ਲਾਈਨ ਨੂੰ ਹੋਰ ਸਪਸ਼ਟ ਕਰ ਦਿੱਤਾ ਕਹਿਣ ਲੱਗੇ ਇਸੇ ਲਈ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਾਗਤ ਸੋਵਤ ਬਹੁ ਪ੍ਰਕਾਰ ਬੜੀ ਤਰ੍ਹਾਂ ਦਾ ਸੌਣਾ ਹੈ ਬੜੀ ਤਰ੍ਹਾਂ ਦਾ ਜਾਗਣਾ ਹੈ ਅੱਗੇ ਕੀ ਹੈ ਗੁਰਮੁਖ ਜਾਗੇ ਕਿਉਂਕਿ ਇੱਥੇ ਕੱਲ ਜਾਗੇ ਨਵਾਂ ਜੈਦੇਵ ਦਾ ਜ਼ਿਕਰ ਸੀ ਗੁਰਮੁਖ ਜਾਗੇ ਜਾਗਣਾ ਕਈ ਤਰ੍ਹਾਂ ਦਾ ਹੈ ਬਲਕਿ ਮੈਂ ਇੱਕ ਵਾਰ ਬਹੁਤ ਦੇਰ ਹੋਈ ਇਸ ਵਿਸ਼ੇ ਤੇ ਬੋਲਦਿਆਂ ਗੱਲ ਕਹੀ ਸੀ ਕਿਹੜੀ ਅਜੀਬ ਗੱਲ ਹੈ ਪ੍ਰਕਾਰ ਬਦਲਦੇ ਨੇ ਤੇ ਪ੍ਰਕਾਰ ਜਦੋਂ ਬਦਲਦੇ ਨੇ ਉਹਦੀ ਨਿਸ਼ਾਨੀ ਕੀ ਹੁੰਦੀ ਹੈ ਉਹਦਾ ਕਰਮ ਬਦਲਦਾ ਤੁਕ ਆਈ ਸੀ ਇੱਕ ਵਾਰ ਕਿ ਰਹਿਣ ਅੰਧਾਰੀ ਕਾਰੀ ਆ ਰਾਤ ਕਾਲੀ ਅਧੇਰੀ ਤੇ ਮੈਂ ਉਡੀਕ ਵਿੱਚ ਕਮਲ ਜੁਗਤ ਜਿੱਤ ਹੋ ਰਿਹਾ ਹੈ ਕੋਈ ਮੈਨੂੰ ਤਰੀਕਾ ਦੱਸੋ ਕਿ ਦਿਨ ਚੜ ਜਾਏ ਰਹਿਣ ਅੰਧਾਰੀ ਕਾਰੀ ਆ ਕਮਲ ਜੁਗਤ ਜਿੱਤ ਭੋਰ ਹੈ ਕੋਈ ਭੋਰ ਦਾ ਦਿਨ ਕੋਈ ਜੁਗਤੀ ਦੱਸੋ ਕਿ ਦਿਨ ਚੜ ਜਾਏ ਅਗਲੇ ਪਾਸੇ ਫਿਰ ਸਮਾਂ ਬਦਲਿਆ ਹੁਣ ਰਹਿਣ ਅੰਧਾਰੀ ਕਾਰੀ ਹੈ ਇੱਥੇ ਸੀ ਰਹਿਣ ਮੁੱਕੇ ਰਾਤ ਮੁੱਕੇ ਤੇ ਦਿਨ ਚੜ ਜਾਏ ਹੁਣ ਅਗਲੇ ਪਾਸੇ ਜਦੋਂ ਸਮਾਂ ਬਦਲਿਆ ਹੁਣ ਇਹ ਨਹੀਂ ਆਖਿਆ ਕਿ ਦਿਨ ਰਾਤ ਮੁੱਕੇ ਤੇ ਦਿਨ ਚੜ ਜਾਏ ਬਲਕਿ ਇਹ ਕਹਿ ਦਿੱਤਾ ਵੱਧ ਸੁੱਖ ਰਹਿਣ ਲੜੀਏ ਹੈ ਹੇ ਰਾਤ ਤੂੰ ਮੁੱਕੀ ਨਾ ਸ਼ਬਦ ਦੋਨੋਂ ਗੁਰਬਾਣੀ ਕਰਮ ਬਦਲੇ ਨਾ ਇੱਥੇ ਕਹਿੰਦੇ ਵੱਧ ਸੁੱਖ ਰਹਿਣ ਲੜੀਏ ਹੇ ਰਹਿਣ ਵੱਧ ਜਾ ਲੰਬੀ ਹੋ ਜਾ ਕਿਉਂ ਕਿਉਂਕਿ ਪ੍ਰਿਆ ਪ੍ਰੇਮ ਲੰਕਾ ਕਹਿਣ ਲੱਗੇ ਰਾਤ ਤੂੰ ਲੰਬੀ ਹੋ ਜਾ ਪਰ ਜਿਹੜੀ ਚੀਜ਼ ਤੋਂ ਮੈਂ ਡਰਦਾ ਹਾਂ ਉਹ ਹੈ ਘੱਟ ਦੁੱਖ ਨੀਂਦੜੀ ਦੇ ਰਾਤ ਲੰਬੀ ਹੋ ਜਾਏ ਪਰ ਨੀਂਦ ਨਾ ਆਵੇ ਕਿਉਂਕਿ ਜੇ ਨੀਂਦ ਆ ਗਈ ਤੇ ਪ੍ਰਿਆ ਪ੍ਰੇਮ ਲੱਗੇ ਤਾਂ ਸੁੱਖ ਨਹੀਂ ਰਹਿਣਾ ਇਸ ਲਈ ਘੱਟ ਦੁੱਖ ਨੀਂਦੜੀਏ ਵੱਧ ਸੁੱਖ ਰਹਿਣੜੀਏ ਘੱਟ ਦੁੱਖ ਨੀਂਦੜੀਏ ਪਰਸੋਂ ਸਦਾ ਭਗਾ
ਚਲੀ ਜਾਏ, ਨੀਂਦ ਆ ਜਾਏ, ਨੀਂਦ ਨਾ ਆਵੇ। ਹੁਣ ਹੋਰ ਸਮਾਂ ਬਦਲਿਆ, ਕਿਉਂਕਿ ਮੈਂ ਇਸ ਕਰ ਰਿਹਾ ਸਰ, ਜਾਗਤ ਸੋਤ ਬਹੁ ਪ੍ਰਕਾਰ। ਉਹ ਪ੍ਰਕਾਰ ਜਿਹੜੇ ਨੇ ਉਹ ਹਮੇਸ਼ਾ ਕਰਮ ਨਾਲ ਬਦਲਦੇ ਨੇ, ਜਿਉਂ ਜਿਉਂ ਹਾਲਾਤ ਬਦਲਦੇ ਨੇ ਤਿਉਂ ਤਿਉਂ ਪ੍ਰਕਾਰ ਬਦਲਦੇ ਨੇ। ਉੱਧਰ ਰਾਤ ਲੰਬੀ ਨਹੀਂ ਸੀ ਮੰਗੀ ਜਾ ਰਹੀ, ਇੱਥੇ ਰਾਤ ਲੰਬੀ ਮੰਗੀ ਗਈ, ਨੀਂਦ ਨਾ ਆਵੇ ਇਹ ਕਹਿ ਦਿੱਤਾ, ਅਤੇ ਹੁਣ ਦੂਜੇ ਪਾਸੇ ਅਗਾਂਹ ਪਹੁੰਚੇ ਅਤੇ ਕਹਿਣ ਲੱਗੇ, ਸੁਣ ਸਖੀਏ ਮੇਰੀ ਨੀਂਦ ਭਰੀ। ਇੱਥੇ ਕਹਿਣ ਲੱਗੇ, ਮੈਨੂੰ ਨੀਂਦ ਹੀ ਬਹੁਤ ਚੰਗੀ, ਸੁਣ ਸਖੀਏ ਮੇਰੀ ਨੀਂਦ ਭਰੀ, ਮੈਂ ਆਪ ਨਿੜਾਪਰ ਮਿਲਿਆ ਚੰਗੀ ਨੀਂਦ। ਜੇ ਨੀਂਦ ਨਾ ਆਉਂਦੀ ਸੁਪਨਾ ਨਾ ਆਉਂਦਾ, ਜੇ ਸੁਪਨਾ ਨਾ ਆਉਂਦਾ ਮੈਨੂੰ ਸੁਪਨੇ ਵਿੱਚ ਪ੍ਰਭੂ ਨਾ ਮਿਲ ਸਕਦਾ। ਕਿਉਂ? ਕਹਿਣ ਲੱਗੇ, ਮੈਨੂੰ ਜਾਗਣ ਨਾਲੋਂ ਸੁਪਨਾ ਹੀ ਚੰਗਾ, ਸੁੱਤੀ ਰਹਿਣ ਇਹ ਸੁਪਨਾ ਖਤਮ ਹੀ ਨਾ ਹੋਵੇ। ਹੁਣ ਦੇਖੋ ਇੱਕ ਪਾਸੇ ਕਹਿੰਦੇ ਨੇ ਸੁਪਨਾ ਨਹੀਂ ਚੰਗਾ, ਹੁਣ ਉਹੋ ਹੀ ਹਾਲਾਤ ਬਦਲ ਰਹੇ ਨੇ, ਇੱਥੇ ਆ ਕੇ ਕਹਿੰਦੇ ਨੇ ਜਾਗਣ ਤੇ ਸੁਪਨਾ ਭਲਾ, ਮੈਨੂੰ ਜਾਗਣਾ ਨਹੀਂ ਚਾਹੀਦਾ। ਮੈਂ ਕਹਿੰਦਾ ਰਾਤ ਵੀ ਲੰਬੀ ਹੋ ਜਾਏ, ਨੀਂਦ ਵੀ ਲੰਬੀ ਹੋ ਜਾਏ, ਸੁਪਨਾ ਵੀ ਲੰਬਾ ਹੋ ਜਾਏ, ਕਿਹੜੀ ਅਜੀਬ ਗੱਲ ਹੈ, ਤਿੰਨੋਂ ਗੱਲਾਂ ਇੱਕ ਪਾਸੇ ਨਕਾਰ ਰਹੇ ਨੇ। ਕਹਿੰਦੇ ਨੇ ਨਹੀਂ, ਪਰ ਮਸਲਾ ਤਾਂ ਕਾਜ਼ ਦਾ ਹੈ, ਕਾਜ਼ ਮੈਨੂੰ ਨੀਂਦ ਵਿੱਚ ਪੂਰਾ ਹੁੰਦਾ ਹੈ, ਜਾਗਣ ਵਿੱਚ ਪੂਰਾ ਹੁੰਦਾ ਹੈ, ਸੁਪਨੇ ਵਿੱਚ ਪੂਰਾ ਹੁੰਦਾ। ਜਿੱਥੇ ਮਸਲਾ ਤਾਂ ਜੀਵਨ ਦਾ ਕਾਜ਼ ਨਾਲ ਹੈ, ਸਮੇਂ ਨੇ ਤਾਂ ਲੰਘ ਜਾਣਾ, ਕਾਜ਼ ਨੇ ਰਹਿ ਜਾਣਾ। ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਸ਼ਬਦ ਅਕਸਰ ਪੜ੍ਹਨੇ ਆ, ਕਹਿੰਦੇ ਨੇ ਬੀਤ ਜੈ ਹੈ ਜਨਮ ਅਕਾਜ ਰੇ, ਸਮਾਂ ਤਾਂ ਬੀਤ ਜਾਣਾ, ਉਹਨੇ ਰੁਕਣਾ ਨਹੀਂ। ਰਾਤ ਛੋਟੀ ਹੋਵੇ ਵੱਡੀ ਹੋਵੇ ਬੀਤ ਜਾਣੀ, ਦਿਨ ਛੋਟਾ ਹੋਵੇ ਵੱਡਾ ਹੋਵੇ ਬੀਤ ਜਾਣਾ, ਸੁਪਨਾ ਛੋਟਾ ਹੋਵੇ ਵੱਡਾ ਹੋਵੇ ਬੀਤ ਜਾਣਾ। ਪਰ ਮਸਲਾ ਤਾਂ ਇਹ ਹੈ ਕਿ ਜਾਗ ਕੇ ਤੂੰ ਕਾਜ਼ ਕੀਤਾ ਹੈ ਕਿ ਨੀਂਦ ਵਿੱਚ ਕੀਤਾ ਹੈ ਕਿ ਸੁਪਨੇ ਵਿੱਚ, ਤੇਰਾ ਕਾਜ਼ ਕੀ ਹੈ ਤੂੰ ਉਹਨੂੰ ਸਮਝਣਾ, ਬਸ ਉਸੇ ਦਾ ਨਾਮ ਗਿਆਨ ਹੈ। ਜਾਗਣ ਤੇ ਸੌਣ ਜਿਹਦੇ ਬਹੁਤੇ ਪ੍ਰਕਾਰ ਨੇ, ਉਹਨਾਂ ਵਿੱਚੋਂ ਜਾਗਣਾ ਕਿਹੜਾ ਪ੍ਰਵਾਨਾ, ਇਸੇ ਵੀ ਕਹਿ ਦਿੱਤੇ, ਕਹਿ ਦਿੱਤਾ ਬਾਣੀ ਅੰਦਰ ਇਸੇ ਸ਼ਬਦ ਦੇ ਆਖਰੀ ਤੁਕਾਂ ਅੰਦਰ। ਕਹਿਣ ਲੱਗੇ ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੇ ਸੋਈ ਸਾਰ, ਸਾਰ ਦਾ ਮਤਲਬ ਹੁੰਦਾ ਸ੍ਰੇਸ਼ਟ, ਚੰਗਾ। ਕਹਿਣ ਲੱਗੇ ਜਾਗਣਾ ਚੰਗਾ ਉਹੋ ਹੀ ਹੈ ਜਿਹੜਾ ਗੁਰਮੁਖ ਜਾਗਦਾ, ਕਿਉਂ? ਕਿਉਂਕਿ ਉਹ ਜਾਗ ਕੇ, ਦੇਖੋ ਜਾਗਦਾ ਤਾਂ ਰਾਤ ਨੂੰ ਚੋਰ ਵੀ ਹੈ, ਜਿਹੜਾ ਇਹ ਸਾਡੇ ਸੰਸਾਰਿਕ ਜਾਗਣ ਦਾ ਮਸਲਾ ਹੋਵੇ ਤਾਂ ਚੋਰ ਵੀ ਰਾਤ ਨੂੰ ਸਾਰੀ ਸਾਰੀ ਰਾਤ ਜਾਗਦਾ, ਜਿਹੜੇ ਕਲਬਾਂ ਵਿੱਚ ਸਾਰੀ ਸਾਰੀ ਰਾਤ ਬਿਤਾਉਣ ਵਾਲੇ ਨੇ ਉਹ ਵੀ ਜਾਗਦੇ ਨੇ। ਪਰ ਕਹਿੰਦੇ ਨਹੀਂ, ਗੁਰਮੁਖ ਜਾਗੇ ਸੋਈ ਸਾਰ। ਕਹਿਣ ਲੱਗੇ ਜਦੋਂ ਇਹ ਮਸਲਾ ਆਏਗਾ, ਤੂੰ ਕਾਜ਼ ਨਾਲ ਜੁੜੇਗਾ, ਫਿਰ ਤੂੰ ਆਖੇਗਾ ਜਾਗਣ ਤੇ ਸੁਪਨਾ ਭਲਾ, ਬਸੀਏ ਪ੍ਰਭ ਸੰਗ। ਮੇਰਾ ਮਤਲਬ ਹੈ ਮਿਲਾਪ ਦਾ, ਨੀਂਦ ਵਿੱਚ ਮਿਲਾਪ ਹੋਵੇ, ਜਾਗਣ ਵਿੱਚ ਹੋਵੇ, ਸੁਪਨੇ ਵਿੱਚ ਹੋਵੇ, ਕਿਤੇ ਵੀ ਹੋਵੇ, ਮੇਰੇ ਕਾਜ਼ ਜੀਵਨ ਦੇ ਪੂਰੇ ਹੋਣ। ਕਿਉਂਕਿ ਮੈਂ ਤਾਂ ਇਹ ਸਮਝਣਾ ਜਾਗਤ ਸੋਵਤ ਬਹੁ ਪ੍ਰਕਾਰ। ਕਹਿਣ ਲੱਗੇ ਗੁਰਮੁਖ ਜਾਗੇ ਸੋਈ ਸਾਰ, ਜਾਗਤ ਸੋਵਤ ਬਹੁ ਪ੍ਰਕਾਰ, ਜੀਵਨ ਮਿਲੇ ਹੈ, ਦਹੀ ਮਿਲੀ, ਇਹਦਾ ਕੋਈ ਕਾਜ਼ ਹੈ ਤੇ ਬੜੇ ਜ਼ਰੂਰੀ ਕੰਮ ਨੇ ਇਹਨੂੰ ਸੌਂਪੇ ਗਏ। ਕਹਿਣ ਲੱਗੇ ਤੂੰ ਆ ਆਪਣਾ ਕਾਜ਼ ਪਛਾਣ, ਤੇ ਉਹ ਕੀ ਹੈ? ਇਸ ਦੇਹੀ
ਕੋਈ ਜਾਗ ਰਿਹਾ ਹੈ ਭਾਵੇਂ ਸੌ ਰਿਹਾ, ਸਾਰੇ ਮੈਨੂੰ ਆਪਣੇ ਅਹੰਕਾਰ ਦੇ ਨਸ਼ੇ ਵਿੱਚ ਮਾਤੇ ਹੋਈ ਦਿਸਦੇ ਨੇ। ਅਤੇ ਜਦੋਂ ਨਸ਼ੇ ਵਿੱਚ ਹੁੰਦਾ ਹੈ ਮਨੁੱਖ ਨੂੰ ਕਾਜ਼ ਨਹੀਂ ਯਾਦ ਹੁੰਦਾ। ਇਸੇ ਲਈ ਜਾਗਣ ਵਾਲੇ ਵੀ ਆਕਾਜ ਹੋਏ ਬੈਠੇ ਨੇ ਅਤੇ ਸੌਣ ਵਾਲੇ ਵੀ ਆਕਾਜ ਹੋਏ ਬੈਠੇ ਨੇ। ਗੁਰੂ ਕਹਿੰਦਾ ਗੁਰਮੁਖ ਜਾਗੇ ਸੋਈ ਸਾਰ, ਸ੍ਰੇਸ਼ਟ ਹੈ ਗੁਰਮੁਖ ਦਾ ਜਾਗਣਾ ਕਿਉਂਕਿ ਗੁਰੂ ਉਸਨੂੰ ਉਹਦਾ ਕਾਜ਼ ਸਮਝਾ ਦਿੰਦਾ ਹੈ। ਲਭਦਾਏ ਸਨ ਰਸ ਪੜ੍ਹਦੇ ਅਸੀਂ ਪੁੱਛਾਂ ਵਹੀ ਪ੍ਰਾਪਤ ਮਨੁੱਖ ਦੇ ਹੋਈ ਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ। ਅੱਗੇ ਕੀ ਲਫਜ਼ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਾਜ ਦੀ ਪਛਾਣ ਕੋਈ ਨਹੀਂ, ਕਾਹਦਾ ਜਾਗਿਆ ਜਦੋਂ ਕਾਜ ਦੀ ਪਛਾਣ ਖਤਮ ਹੋ ਗਈ, ਆਪਣਾ ਪਰਾਇਆ ਨਾ ਪਛਾਣੀ, ਉਹ ਤਾਂ ਨਸ਼ਈ ਦੀ ਹਾਲਤ ਹੈ। ਜਿਤ ਪੀਤੇ ਮਤ ਦੂਰ ਹੋਏ ਬਰ ਪਵੇ ਵਿੱਚੋਂ, ਆਪਣਾ ਪਰਾਇਆ ਨਾ ਪਛਾਣੇ। ਜਦੋਂ ਤੂੰ ਆਪਣੇ ਕਾਜ ਤੇ ਬਗਾਨੇ ਕਾਜ ਨੂੰ ਹੀ ਨਹੀਂ ਸਮਝ ਰਿਹਾ, ਤੂੰ ਕਿਸ ਲਈ ਆਇਆ ਹੈ ਅਮਰ ਕਾਜ ਤੇਰੇ ਕਿਤੇ ਨਾ ਕਾਮ। ਮੇਰੇ ਸਾਧ ਸੰਗਤ ਭਾਜੀ ਕੇਵਲ ਨਾਮ, ਇਸ ਲਈ ਜਾਗਣ ਤੇ ਸੌਣ ਇਹ ਦੋਨੋਂ ਚੀਜ਼ਾਂ ਅੱਜ ਦੇ ਸ਼ਬਦ ਮੁਤਾਬਕ ਬਾਬਾ ਕਬੀਰ ਜੀ ਦੇ ਵਿਚਾਰ ਮੁਤਾਬਕ ਇਹ ਨਿਰਭਰ ਕਰਦੀਆਂ ਨੇ ਕਾਜ ਤੇ। ਜੇ ਤਾਂ ਤੂੰ ਜਾਗ ਕੇ ਕਾਜ ਸੰਭਾਲ ਲਿਆ, ਕਾਜ ਪਛਾਣ ਲਿਆ ਆਪਣੇ ਜੀਵਨ ਦਾ, ਫਿਰ ਤੇਰਾ ਜਾਗਣਾ ਮੁਬਾਰਕ ਹੈ। ਅਤੇ ਜੇ ਤੂੰ ਕਾਜ ਨਹੀਂ ਪਛਾਣ ਸਕਿਆ ਫਿਰ ਉਸ ਨਸ਼ਈ ਦੀ ਹਾਲਤ ਵਾਂਗੂ ਹੈ, ਜਿਹੜਾ ਨਸ਼ੇ ਵਾਲਾ ਦਰਵਾਜ਼ੇ 'ਤੇ ਬੈਠਾ ਹੈ ਘਰ ਦੇ ਅਤੇ ਕਹੀ ਜਾਂਦਾ ਮੇਰਾ ਘਰ ਕਿਹੜੇ ਪਾਸੇ ਹੈ, ਕਿਉਂਕਿ ਪਛਾਣ ਖਤਮ ਹੋ ਜਾਂਦੀ ਇਹਨਾਂ ਸ਼ਬਦਾਂ ਨਾਲ। ਮਾਤਾ ਜਾ ਚੁੱਕਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।